ਬਿੱਲੀ ਉਹ ਮੋਟਾਪੇ ਤੇ ਸ਼ੂਗਰ ਵਾਲੇ ਭੈਣ ਭਰਾਵਾਂ ਵਾਸਤੇ ਅੱਜ ਬੜੀ ਫਾਇਦੇ ਵਾਲੀ ਚੀਜ਼ ਲੈ ਕੇ ਆਉਂਦੀ ਆ ਤੇ ਜਿਹੜੇ ਭਰਾਵਾਂ ਨੂੰ ਸ਼ੂਗਰ ਜਾਂ ਮੋਟਾਪਾ ਉਹਨਾਂ ਦਾ ਮਸਲਾ ਹੱਲ ਆਪਣੇ ਕੋਲ ਹੈਗਾ। ਦੂਜੀ ਗੱਲ ਬਿੱਲੀ ਉਹ ਜਿਹੜੇ ਭਰਾਵਾਂ ਦੇ ਕਿਸੇ ਦੇ ਸ਼ੂਗਰ ਦੀ ਗੋਲੀ ਲੱਗੀ ਹੋਈ ਹੈ ਜਾਂ ਉਹ ਟੀਕੇ ਜੇ ਲੱਗਦੇ ਇਨਸੁਲਿਨ ਵਾਲੇ ਉਹ ਵੀ ਇਹ ਅਨਾਜ ਨਾਲ ਛੱਡੇ ਜਾ ਚੁੱਕੇ ਆ। ਅਤੇ ਆਪਣੇ ਨਾਲ ਖਾਲਸਾ ਗੁਰਚਰਨ ਸਿੰਘ ਜੀ ਆ, ਬਹੁਤ ਬਹੁਤ ਸਵਾਗਤ ਹੈ ਜੀ ਆਪਣੇ ਚੈਨਲ ਜੀ। ਹਾਂਜੀ, ਅਤੇ ਖਾਲਸਾ ਜੀ ਸਾਰਿਆਂ ਨੂੰ ਪਹਿਲਾਂ ਆਪਾਂ ਇਹ ਅਨਾਜਾਂ ਬਾਰੇ ਦੱਸੀਏ ਜੀ, ਕਿਹੜੇ ਕਿਹੜੇ ਅਨਾਜ ਆਪਣੇ ਕੋਲ ਅਤੇ ਕਿਵੇਂ ਇਹਨਾਂ ਦੀ ਵਰਤੋਂ ਕਰਨੀ ਆ, ਕੀ ਇਹਨਾਂ ਦੇ ਫਾਇਦੇ ਨੇ ਕੀ? ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ, ਹਾਂਜੀ ਵਾਹਿਗੁਰੂ ਜੀ ਕੀ ਫਤਿਹ। ਇਹ ਅਨਾਜਾਂ ਦੀ ਜੇ ਆਪਾਂ ਗੱਲ ਕਰੀਏ, ਹਾਂਜੀ, ਪਹਿਲਾਂ ਮੈਂ ਥੋੜ੍ਹੀ ਜਿਹੀ ਗੱਲ ਕਰਨਾ ਚਾਹੁੰਦਾ ਵੀ ਦੁਨੀਆਂ 'ਤੇ 3 ਤਰ੍ਹਾਂ ਦੇ ਅਨਾਜ ਪਾਏ ਜਾਂਦੇ ਨੇ। ਹਾਂਜੀ, ਇੱਕ ਤਾਂ ਕਣਕ ਅਤੇ ਚੌਲ ਹੋ ਗਏ, ਹਾਂਜੀ, ਮੱਕੀ ਬਾਜਰਾ, ਅਤੇ ਇਹ ਅਨਾਜ ਹੋ ਗਏ ਕੋਧਰਾ ਕੁਟਕੀ ਕੰਗਣੀ ਅਤੇ ਹਰੀ ਕੰਗਣੀ ਸਵਾਂਗ। ਠੀਕ ਹੈ, ਜਿਹੜੇ ਅਨਾਜ ਵੀ ਕਣਕ ਅਤੇ ਚੌਲ ਹੈ ਇਹ ਬੰਦੇ ਨੂੰ ਬਿਮਾਰ ਕਰਦੇ ਨੇ। ਹਾਂਜੀ, ਦੇਖੋ ਜੀ ਕਣਕ ਦੇ ਚੌਲ, ਕਣਕ ਕਿਵੇਂ ਬਿਮਾਰ ਕਰਦੀ ਹੈ, ਬਾਹਰ ਹੀ ਐਕਸਰਾ ਹੋ ਜਾਂਦਾ ਇਹਦਾ। ਜਿਵੇਂ ਆਪਾਂ ਕਣਕ ਨੂੰ ਦੀ ਰੋਟੀ ਨੂੰ ਵੇਲੀਏ ਤਾਂ ਉਹ ਕਣਕ ਦੀ ਰੋਟੀ ਟੁੱਟਦੀ ਨਹੀਂ, ਇਹੀ ਕੁਛ ਸਾਡੇ ਸਰੀਰ ਦੇ ਅੰਦਰ ਸਾਡਾ ਪੇਟ ਸਹੀ ਨਹੀਂ ਸਾਫ਼ ਹੁੰਦਾ, ਉਹਦੇ ਨਾਲ ਸਾਨੂੰ ਬਿਮਾਰੀਆਂ ਲੱਗਦੀਆਂ। ਹਾਂਜੀ, ਦੂਸਰੇ ਅਨਾਜ ਹੁੰਦੇ ਨੇ ਮੱਕੀ ਬਾਜਰਾ, ਇਹ ਤੰਦਰੁਸਤ ਬੰਦੇ ਨੂੰ ਤੰਦਰੁਸਤ ਰੱਖਦੇ ਨੇ। ਇਹ ਕਿਵੇਂ ਤੰਦਰੁਸਤ? ਇਹਨਾਂ ਦੀ ਰੋਟੀ ਤੋਂ ਵੀ ਐਕਸਰਾ ਹੋ ਜਾਂਦਾ ਵੀ ਜੇ ਆਪਾਂ ਮੰਨ ਲਓ ਇਹਨਾਂ ਦੀ ਰੋਟੀ ਵੇਲਗੇ ਤਾਂ ਇਹਨਾਂ ਦੀ ਰੋਟੀ ਬਾਹਰ ਹੀ ਟੁੱਟਦੀ ਹੈ। ਠੀਕ ਹੈ, ਇਹ ਤੰਦਰੁਸਤ ਬੰਦੇ ਨੂੰ ਤੰਦਰੁਸਤ ਆਪਣੇ ਬਜ਼ੁਰਗ ਖਾਂਦੇ ਸੀ ਤਾਂ ਰੱਖਦੇ ਹੈ। ਇਹ ਪਮੂਲ ਅਨਾਜ ਵੱਜਦੇ ਨੇ ਜਾਂ ਇਹਨਾਂ ਨੂੰ ਮੋਟੇ ਅਨਾਜ ਵੀ ਕਹਿ ਦਿੰਦੇ ਆ, ਦੇਖਣ 'ਚ ਤਾਂ ਬਰੀਕ ਹੈ ਇਹ। ਹਾਂਜੀ, ਇਹਨਾਂ ਨੂੰ ਖਾਣ ਨਾਲ ਹਰੇਕ ਬਿਮਾਰੀ ਠੀਕ ਹੋ ਜਾਂਦੀ ਹੈ। ਠੀਕ ਹੈ ਜੀ, ਜਿਵੇਂ ਇਹ ਅਨਾਜ ਨੇ ਕੋਧਰਾ ਕੁਟਕੀ ਕੰਗਣੀ ਅਤੇ ਹਰੀ ਕੰਗਣੀ ਅਤੇ ਸਵਾਂਗ। ਹਾਲਾਂਕਿ ਜੀ ਇਹ ਮੋਟਾਪੇ ਅਤੇ ਸ਼ੂਗਰ ਵਾਸਤੇ ਤਾਂ ਕਾਰਗਰ ਹੈਗੀ ਹੈਗੇ ਆ। ਹਾਂਜੀ, ਅਤੇ ਹੋਰ ਜਿਵੇਂ ਕਿ ਬਵਾਸੀਰ ਵਾਲੇ ਤੁਸੀਂ ਦੱਸ ਰਹੇ ਸੀ ਵੀ ਬਵਾਸੀਰ ਵਾਲੇ ਮਰੀਜ਼ ਵੀ ਠੀਕ ਹੋਏ ਨੇ, ਗਠੀਆ ਵਾਲੇ ਵੀ ਅਤੇ ਹੋਰ ਵੀ ਕਾਫੀ ਮਤਲਬ ਬਿਮਾਰੀਆਂ ਜਿਹਨਾਂ ਨੇ ਵਧੀਆ ਰਿਜ਼ਲਟ ਦਿੱਤਾ। ਹਾਂਜੀ ਹਾਂਜੀ, ਹਰੇਕ ਬਿਮਾਰੀ ਦਾ ਹੱਲ ਤੁਹਾਡੀ ਰਸੋਈ ਦੇ ਵਿੱਚ ਹੈਗਾ ਜੀ। ਹਾਂਜੀ, ਅਤੇ ਅਸੀਂ ਤੁਹਾਨੂੰ ਖਾਣ ਪੀਣ ਦਾ ਤਰੀਕਾ ਹੀ ਦੱਸਦੇ ਹਾਂ, ਡਾਇਟ ਪਲਾਨ ਹੀ ਬਣਾ ਕੇ ਦਿੰਦੇ ਹਾਂ ਅਤੇ ਹਰੇਕ ਬਿਮਾਰੀ ਠੀਕ ਹੋ ਜਾਂਦੀ ਹੈ ਇਹਨਾਂ ਅਨਾਜਾਂ ਦੇ ਨਾਲ। ਵੈਸੇ ਜੀ ਜੇ ਗੱਲ ਕਰੀਏ ਖਾਣੇ ਪੀਣੇ ਦੀ ਤਾਂ ਹਾਲੇ ਪਿੰਡਾਂ 'ਚ ਤਾਂ ਬੇਸ਼ੱਕ ਘੱਟ ਆ, ਪਰ ਸ਼ਹਿਰਾਂ 'ਚ ਜਿਹੜਾ ਜੀ ਤਲਿਆ ਮਲਿਆ ਫੂਡ ਆ, ਬਰਗਰ ਪੀਜ਼ੇ ਲੱਲੜ ਪੱਲੜ ਬਾਲਾ, ਹੈ ਨਾ, ਮਤਲਬ ਸਾਰੇ ਹਰੇਕ ਚੀਜ਼ ਉਹ ਚੱਲਦੀ ਇਹਦੇ 'ਤੇ ਹੈ ਜੀ, ਤਲੇ ਮਟੀਰੀਅਲ 'ਤੇ। ਹਾਂਜੀ ਹਾਂਜੀ, ਉਹ ਚੰਗੀ ਡਾਇਟ ਚੰਗੀ ਖੁਰਾਕ ਤਾਂ ਲੋਕ ਭੁੱਲ ਚੁੱਕੇ ਆ ਜੀ, ਅਤੇ ਹਾਲਾਂਕਿ ਤੁਸੀਂ ਬਹੁਤ ਚੰਗਾ ਉਪਰਾਲਾ ਕਰ ਰਹੇ ਹੋ ਇਹ ਜਿਹੜਾ ਕਿ ਅਨਾਜ ਦਾ ਸਿਸਟਮ ਕੀਤਾ ਹੋਇਆ। ਸਾਨੂੰ ਪਹਿਲਾਂ ਜੀ ਹੁਣ ਆਪਣੇ ਆਹ ਕੁਟਕੀ ਹੈ ਜੀ, ਹਾਂਜੀ ਹਾਂਜੀ, ਇਹਦੇ ਬਾਰੇ ਦੱਸੋ ਅਤੇ ਇਹ ਕਿਵੇਂ ਮਤਲਬ ਕੀ ਚੀਜ਼ ਆ, ਸਾਰਾ ਸਮਝਾਈਏ ਜੀ ਆਪਣੇ ਬੇਲੇ ਨੂੰ। ਇਹ 5 ਤਰ੍ਹਾਂ ਦੇ ਅਨਾਜ ਕੋ ਮੈਂ ਪਹਿਲਾਂ ਵੀ ਦੱਸਿਆ, ਕੁਟਕੀ, ਕੋਧਰਾ, ਕੰਗਣੀ, ਹਰੀ ਕੰਗਣੀ, ਸਵਾਂਗ, ਇਹ ਅੱਡੋਡੀ ਬਿਮਾਰੀਆਂ ਵਾਸਤੇ ਅਲੱਗ ਅਲੱਗ ਜਿਵੇਂ ਅਸੀਂ ਇਹਨਾਂ ਨੂੰ ਖਾਣ ਦਾ ਤਰੀਕਾ ਦੱਸ ਦਿੰਦੇ ਹਾਂ। ਹਾਂਜੀ ਹਾਂਜੀ, ਇਹਨਾਂ ਨੂੰ ਬਣਾਉਣ ਦਾ ਤਰੀਕਾ ਚਲੋ ਮੈਂ ਥੋੜ੍ਹਾ ਜਿਹਾ ਬੋਲ ਦਿੰਦਾ ਵੀਡੀਓ ਦੇ ਵਿੱਚ। ਹਾਂਜੀ ਹਾਂਜੀ, ਇਹਦੇ 'ਚੋਂ ਮਾਤਰਾ ਬੰਦਾ 50 ਤੋਂ ਲੈ ਕੇ 100 ਗ੍ਰਾਮ ਖਾਂਦਾ ਹੈ, ਉਹਨੂੰ ਮੰਨ ਕੇ ਚਲੋ ਵੀ 100 ਗ੍ਰਾਮ ਨੂੰ 6 ਘੰਟੇ ਭਿਉਂ ਦਿਓ ਅਤੇ ਉਦੋਂ ਬਾਅਦ 6 ਗੁਣਾ ਪਾਣੀ 'ਚ ਸੋਰੀ ਭਿਉਣੀ 8 ਤੋਂ 10 ਘੰਟੇ। ਠੀਕ ਹੈ ਜੀ, ਉਸੇ ਪਾਣੀ 'ਚ ਫਿਰ ਰਿੰਨਣਾ ਇਹਨੂੰ 1/2 ਘੰਟਾ, ਮੱਠੀ ਜਿਹੀ ਅੱਗ 'ਤੇ ਲੂਣ ਮਿਰਚ ਮਸਾਲਾ ਵਿੱਚ ਪਾ ਲਓ। ਹਾਂਜੀ, ਅਤੇ ਤੜਕਾ ਪਿਆਜ਼ ਅਤੇ ਟਮਾਟਰ ਦਾ ਅਲੱਗ ਤਿਆਰ ਕਰ ਲਓ। ਠੀਕ ਹੈ ਜੀ, ਵਿੱਚ ਤੜਕਾ ਤਿਆਰ ਕਰਕੇ ਇਹਦੇ ਵਿੱਚ ਲਾ ਲਓ, ਜਦੋਂ ਤੁਸੀਂ ਖਾਣਾ ਹੈ ਜਿਹੜੀ ਤੁਹਾਡੇ ਘਰੇ ਸਬਜ਼ੀ ਬਣੀ ਹੈ ਉਹ ਪਾ ਕੇ ਖਾ ਲਓ। ਸਾਰਾ ਡਾਇਟ ਪਲਾਨ ਅਸੀਂ ਦੱਸਦੇ ਹਾਂ, ਇੱਕ ਤਰ੍ਹਾਂ ਦੀ ਸਬਜ਼ੀ 'ਚ ਹੀ ਆਪਾਂ ਯੂਜ਼ ਕਰ ਸਕਦੇ ਹਾਂ। ਫਲ ਫਰੂਟ ਖਾਣਾ ਹੁੰਦਾ ਉਹ ਦੱਸਦੇ ਹਾਂ ਅਸੀਂ, ਬੰਦੇ ਦੇ ਭਾਰ ਮੁਤਾਬਕ ਬਿਮਾਰੀ ਵਾਸਤੇ ਵੀ ਤੁਸੀਂ ਕਿੰਨਾ ਫਲ ਖਾਣਾ ਹੈ, ਕਿਹੜਾ ਫਲ ਖਾਣਾ ਉਹ ਸਾਰਾ ਕੁਛ ਅਸੀਂ ਦੱਸਦੇ ਹਾਂ। ਹਾਂਜੀ, ਅਸੀਂ ਬੰਦ ਚੀਜ਼ਾਂ ਬੰਦ ਕਰਾਉਂਦੇ ਹਾਂ, ਚਾਹ, ਦੁੱਧ, ਕਣਕ, ਚੌਲ। ਠੀਕ ਹੈ ਜੀ, ਜਿਹੜੀਆਂ ਚੀਜ਼ਾਂ ਦੇ ਪਰਹੇਜ਼? ਹਾਂ, ਪਰਹੇਜ਼ ਹੈ ਇਹ ਚੀਜ਼ਾਂ, ਅਸੀਂ ਕਣਕ ਤਾਂ ਤੁਹਾਨੂੰ ਦੱਸ ਹੀ ਦਿੱਤਾ ਵੀ ਸਾਨੂੰ ਬਿਮਾਰ ਕਰਦੀ ਹੈ। ਹਾਂਜੀ, ਅਤੇ ਚਾਹ ਅਤੇ ਦੁੱਧ ਵੀ ਦੇਖੋ ਵੀ ਚਾਹ ਜਿਹੜੀ ਇਹ ਅੰਗਰੇਜ਼ ਲੈ ਕੇ ਆਏ ਸੀਗੇ ਜੇ ਆਪਾਂ ਗੱਲ ਕਰੀਏ, ਅਤੇ ਆਪ ਤਾਂ ਪੀਂਦੇ ਨਹੀਂ ਉਹ, ਅਤੇ ਸਾਨੂੰ ਆਦਤ ਬਣਾਤੀ, ਸਾਨੂੰ ਬੈਲ ਲਾ ਗਏ। ਹਾਂਜੀ, ਸਾਨੂੰ ਬੈਲ ਲਾ ਗਏ ਦੁੱਧ। ਜੇ ਆਪਾਂ ਦੁੱਧ ਦੀ ਥੋੜ੍ਹੀ ਜਿਹੀ ਮੈਂ ਆਪਾਂ ਗੱਲ ਕਰੀਏ, ਦੁੱਧ ਦੋਸਤੋ ਆਪਾਂ ਨੂੰ ਨਹੀਂ ਪੀਣਾ ਚਾਹੀਦਾ, ਅਤੇ ਹੁਣ ਸਾਰਿਆਂ ਨੂੰ ਇਸ ਗੱਲ ਦਾ ਸਾਨੂੰ ਵੀ ਸੀਗਾ ਜਦੋਂ ਅਸੀਂ ਇਸ ਲਾਈਨ 'ਚ ਆਏ ਹਾਂ ਵੀ ਜਾਂ ਦੁੱਧ ਕਿਉਂ ਨਹੀਂ ਪੀਣਾ ਚਾਹੀਦਾ, ਅਤੇ ਤੁਹਾਨੂੰ ਵੀ ਸ਼ਾਇਦ ਲੱਗਦਾ ਵੀ ਦੁੱਧ ਕਿਉਂ ਨਹੀਂ ਪੀਣਾ ਚਾਹੀਦਾ, ਹੈ ਨਾ, ਵੀ ਦੁੱਧ ਤਾਂ ਸਾਡੇ ਬਜ਼ੁਰਗ ਪੀਂਦੇ ਸੀਗੇ। ਹਾਂਜੀ, ਅਤੇ ਦੁੱਧ ਜੀ ਮੈਂ ਤੁਹਾਨੂੰ ਗੱਲ ਦੱਸਦਾ ਵੀ ਦੁੱਧ, ਤੁਸੀਂ ਵੀਰ ਜੀ ਮੈਂ ਜੇ ਤੁਹਾਨੂੰ ਸਵਾਲ ਕਰਾਂ, ਤੁਸੀਂ ਮੈਨੂੰ ਕੋਈ ਕਹਿ ਸਕਦੇ ਹੋ ਵੀ ਦੁਨੀਆਂ 'ਤੇ ਇਹੋ ਜਿਹਾ ਜਾਨਵਰ ਹੈਗਾ ਕੋਈ ਜਿਹੜਾ ਸਾਰੀ ਉਮਰ ਦੁੱਧ ਪੀਂਦਾ ਹੋਵੇ? ਸ਼ਾਇਦ ਮੇਰੀ ਨਿਗਾਹ 'ਚ ਤਾਂ ਹੈ ਨਹੀਂ, ਇਨਸਾਨ ਹੀ ਹੈ ਜੀ ਵੀ ਦੁੱਧ ਦਾ। ਵੈਸੇ ਇਹੀ ਮੇਨ ਕਾਰਨ ਹੈ ਵੀ ਜੇ ਆਪਾਂ ਜਾਨਵਰ ਦਾ, ਕਿਉਂ ਵੀ ਜਿਵੇਂ ਮੱਝ ਹੈ ਜਾਂ ਗਾਂ ਹੈਗੀ, ਉਹ 5-4 ਮਹੀਨਿਆਂ ਬਾਅਦ ਆਪਾਂ ਉਹਦਾ ਬੱਚਾ ਦੁੱਧ ਪੀਣੋਂ ਹਟ ਜਾਂਦਾ ਜੀ। ਹਾਂਜੀ, ਪਹਿਲੀ ਗੱਲ ਤਾਂ ਜਿਹੜਾ ਦੁੱਧ ਹੈ ਉਹ ਪਸ਼ੂ ਦਿੰਦੇ ਹੀ ਇੰਨਾ ਕੁ ਚਿਰ ਹੈ, ਅਤੇ 5-4 ਕਿਲੋ ਹੀ ਆਪਦੀ ਮਰਜ਼ੀ ਨਾਲ ਜੇ ਪਸ਼ੂ ਚਰ ਕੇ ਆਉਂਦਾ ਤਾਂ 5-4 ਕਿਲੋ ਹੀ ਦੁੱਧ ਦਿੰਦਾ। ਜਦੋਂ ਸਾਡੀ ਮਰਜ਼ੀ ਨਾਲ ਚੱਲਦਾ ਤਾਂ ਉਹ 20-25 ਕਿਲੋ ਦੁੱਧ ਦਿੰਦਾ, ਉਹ ਪੀਣ ਯੋਗ ਹੋ ਹੀ ਨਹੀਂ ਰਿਹਾ। ਠੀਕ ਹੈ, ਬਾਕੀ ਬੰਦੇ ਨੂੰ ਦੁੱਧ ਇਸ ਕਰਕੇ ਪੀਣੇ ਨਹੀਂ ਚਾਹੀਦਾ, ਪਰਮਾਤਮਾ ਨੇ ਦੇਖੋ ਜੋ ਕੁਛ ਸਾਜਿਆ, ਪਰਮਾਤਮਾ ਨੇ ਬੱਚਾ ਜੰਮਣ ਤੋਂ ਪਹਿਲਾਂ ਉਹਦੀ ਮਾਂ ਦੇ ਦੁੱਧ ਪੈਦਾ ਕਰਤਾ ਜੀ। ਜਦੋਂ ਨਹੀਂ ਲੋੜ ਸੀ ਬੱਚੇ ਨੂੰ ਕੀ ਕੀਤਾ, ਆਪਾਂ ਉਹਨੂੰ ਆਦਤ ਬਣਾ ਤੀ ਹੋਰ ਦਾ ਦੁੱਧ ਪੀਣ ਦਾ, ਤਾਂ ਉਹ ਅੱਜ ਬਿਮਾਰ ਹੋ ਰਹੇ ਹੈ। ਇਸ ਕਰਕੇ ਸਾਨੂੰ
सब तो ज्यादा पंजाब के लोग दुध पीते पीते हैं पंजाब के सब तो ज्यादा कैल्शियम की घाट है। कैल्शियम दोस्तों इन अनाजा के भी है होर चीजा के भी बहुत कैल्शियम सारे फलों के भी है भी सारे तत् उतो मिल जाता है। ਤੁਸੀਂ ਮੈਂ ਜਾਣਾ ਵੀ ਚਾਹ ਤੇ ਦੁੱਧ ਬੰਦ ਅਨਾਜ ਵੀ ਨਾ ਖਾਓ ਚਾਹ ਤੇ ਦੁੱਧ ਬੰਦ ਕਰ ਦਿਓ 50% ਬਿਮਾਰੀਆਂ ਆਟੋਮੈਟਿਕਲੀ ਟੁੱਟ ਜਾਣਗੀਆਂ ਹਸਪਤਾਲਾਂ 'ਚ 50% ਰਸ ਘੱਟ ਜੂਗਾ ਠੀਕ ਹੈ ਸਾਡਾ ਮਕਸਦ ਇਕੱਲੇ ਅਨਾਜ ਵੇਚਣਾ ਨਹੀਂ ਲੋਕਾਂ ਨੂੰ ਚੰਗੀ ਸਿਹਤ ਦੇਣਾ ਸਾਡਾ ਮਕਸਦ ਹੈ ਅਤੇ ਸੇਵਾ ਨਿਭਾ ਰਹੇ ਹੋ ਜੀ ਇੱਕ ਤੁਸੀਂ ਤੇ ਕੋਈ ਬਿਜ਼ਨਸ ਨਹੀਂ ਹੈਗਾ ਇਸ 'ਚ ਤੇ ਇਹਦੂ ਬਾਅਦ ਜਿਵੇਂ ਹੁਣ ਇਹ ਲੜੀਵਾਰ ਆ ਇਹ ਜਿਵੇਂ ਹੁਣ ਜੀ ਪਹਿਲੇ ਦੋ ਦਿਨ ਇਹ ਲੈ ਲਿਆ ਇਹ ਲੈਣ ਵਾਰ ਲੈਣੇ ਜੀ ਫਿਰ ਅਗਲੇ ਦੋ ਦਿਨ ਇਹ ਅਗਲੇ ਦੋ ਦਿਨ ਸਮਝਾ ਦਿੰਦੇ ਵੀ ਜਿਹੜਾ ਕਿਵੇਂ ਖਾਣਾ ਠੀਕ ਹੈ ਜੀ ਉਹ ਸਾਰਾ ਤੁਸੀਂ ਸਮਝਾ ਕੇ ਤੋਰੋਗੇ ਤੋ ਡਾਈਟ ਪਲਾਨ ਬਣਾ ਕੇ ਬਣਾ ਕੇ ਤੋਰਾਂਗੇ ਜਿਹੜਾ ਕੋਈ ਆਨਲਾਈਨ ਮੰਗਾਊਗਾ ਉਹਨੂੰ ਅਸੀਂ ਡਾਈਟ ਪਲਾਨ ਇੱਥੋਂ ਬਣਾ ਕੇ ਨਾਲ ਪਾ ਦਿੰਦੇ ਹਾਂ ਠੀਕ ਹੈ ਜੀ ਤੇ ਇਹ ਜੀ ਬਾਕੀ ਜੇ ਦੇਖੀਏ ਇਹ ਪੰਸਾਰੀਆਂ ਵਗੈਰਾ ਤੋਂ ਵੀ ਅਵੇਲੇਬਲ ਮਿਲ ਜਾਂਦੇ ਹੋਣੇ ਨੇ ਜੀ ਹਾਂਜੀ ਮਿਲ ਜਾਂਦੇ ਹੈਗੇ ਤੇ ਪੰਸਾਰੀਆਂ ਵਾਲੇ ਤੇ ਇਹਨਾਂ 'ਚ ਕੀ ਡਿਫਰੈਂਸ ਹੈ ਕੀ ਬੱਟਾ ਜੀ ਦੇਖੋ ਜੀ ਇਹਨਾਂ ਨਾਜਾਂ ਦੇ ਉੱਤੇ ਨਾ ਇੱਕ ਛਿਲਕਾ ਹੁੰਦਾ ਜੀ ਛਿਲਕਾ ਜਦੋਂ ਲਾਹ ਦਗੇ ਉਦੋਂ ਬਾਅਦ ਇਹ 5 ਮਹੀਨਿਆਂ ਬਾਅਦ ਇਹਨਾਂ ਦੀ ਮਨਿਆਦ ਟੱਪ ਜਾਂਦੀ ਜੀ ਠੀਕ ਹੈ ਜੀ ਆਪਾਂ ਕਹਿ ਦਈਏ ਪੰਜਾਬੀ 'ਚ ਖਾਣ ਯੋਗ ਨਹੀਂ ਰਹਿੰਦੇ ਖਾਣ ਯੋਗ ਨਹੀਂ ਰਹਿੰਦੇ ਹਾਂ ਤੇ ਵੀ ਜਿਹੜੇ ਉਹ ਪਏ ਹੁੰਦੇ ਨੇ ਜਾਂ ਤਾਂ ਉਹਨਾਂ ਨੂੰ ਨੌਲੇਜ ਨਹੀਂ ਸਿੱਖੀ ਨਹੀਂ ਗਏ ਜਾਂ ਆਪਾਂ ਕਹਿ ਦਈਏ ਹਰੇਕ ਚੀਜ਼ ਦਾ ਮੰਨ ਲਓ ਵੀ ਡਾਕਟਰ ਸਿੱਧਾ ਤਾਂ ਬਣਿਆ ਨਹੀਂ ਜਾਂਦਾ ਹਨਾ ਉਹਦਾ ਕੁਝ ਸਿੱਖਣਾ ਪੈਂਦਾ ਆਪਾਂ ਨੂੰ ਜਾਂ ਉਹਨਾਂ ਨੂੰ ਪਤਾ ਨਹੀਂ ਉਹ ਵੀ ਅਨਾਜ ਵੇਚ ਰਹੇ ਨੇ ਵੀ ਇਹ ਸਾਲ ਪੁਰਾਣਾ ਜਾਂ 2 ਸਾਲ ਪੁਰਾਣਾ ਫਿਰ ਉਹਨਾਂ ਦਾ ਰਿਜ਼ਲਟ ਨਹੀਂ ਆਉਂਦਾ ਬਾਕੀ ਅਸੀਂ ਇਹ ਜਾਣੇ ਵੀ ਤੁਸੀਂ ਉਹ ਅਨਾਜ ਤੇ ਇਹ ਅਨਾਜ ਖਾ ਕੇ ਦੇਖ ਲਓ ਤੁਹਾਨੂੰ ਤੁਹਾਡੀ ਜੀਭ ਹੀ ਦੱਸ ਦੂਗੀ ਬਾਲਾ ਤਾਂ ਕੁਝ ਦੇਖਣ ਦੀ ਲੋੜ ਹੀ ਨਹੀਂ ਉਹਨੇ ਬਾਕੀ ਜੀ ਡੈਡ ਉਹ ਡੈਡ ਹੋ ਜਾਂਦੇ ਆ ਪਏ ਪਏ ਹਾਂਜੀ ਹਾਂਜੀ ਤੇ ਇਹਨਾਂ ਦੇ ਜਿਹੜੇ ਛਿਲਕਾ ਹੈ ਨਾ ਛਿਲਕੇ ਸਣੇ ਇਹਨਾਂ ਨੂੰ ਬਿਸ਼ੱਕ 20 ਸਾਲ ਰੱਖੀ ਰੱਖੋ ਜੀ ਠੀਕ ਹੈ ਜੀ ਇਹ ਖਰਾਬ ਨਹੀਂ ਹੁੰਦੇ ਜਦੋਂ ਛਿਲਕਾ ਲੈ ਗਿਆ ਉਸ ਤੋਂ ਬਾਅਦ 5 ਮਹੀਨਿਆਂ ਦੇ ਵਿੱਚ ਤੁਸੀਂ ਖਾਣਾ ਹੁੰਦਾ ਮਹੀਨਾ ਤਾਂ ਸਾਡੇ ਕੋਲੇ ਵੀ ਨਹੀਂ ਵਿਕਦੇ ਕਿ ਉਹ ਸਾਰਾ ਇੱਕੇ ਦਿਨ ਤਾਂ ਵਿਕਦਾ ਨਹੀਂ ਮਹੀਨਾ ਲੱਗ ਜਾਂਦਾ ਸਾਨੂੰ ਤਕਰੀਬਨ ਅਸੀਂ ਉਹਨਾਂ ਕਮਾ ਗਾਲ ਮਕਾਉਣੇ ਆ ਠੀਕ ਹੈ ਜੀ ਤੇ ਫਿਰ ਵੀ ਅਗਲੇ ਕੋਲੇ 4 ਮਹੀਨੇ ਖਾਣ ਨੂੰ ਰਹਿ ਜਾਂਦੇ ਆਉਂਦਾ ਕਿਹੜੀ ਜਗ੍ਹਾ ਤੋਂ ਖਾਲਸਾ ਜੀ ਕਰਨਾਟਕਾ ਤੋਂ ਆਉਂਦਾ ਕਰਨਾਟਕਾ ਤੋਂ ਆਉਂਦਾ ਤੇ ਇਹ ਉੱਗ ਵੀ ਸਕਦਾ ਜੀ ਹਾਂਜੀ ਇਹ ਬੀਜਿਆ ਜਾਂਦਾ ਮਈ ਜੂਨ ਦੇ ਵਿੱਚ ਉਹ ਬੀਜਿਆ ਜਾਂਦਾ ਹੈਗਾ ਠੀਕ ਹੈ ਜੀ ਤੇ ਆਪਾਂ ਕਿਸੇ ਵੀ ਧਰਤੀ ਤੇ ਬੀਜ ਸਕਦੇ ਆ ਇੱਕ ਪਾਣੀ ਨਾਲ ਤੇ ਕੋਈ ਰੇਹ ਸਪਰੇ ਨਹੀਂ ਇਹਦੇ ਤੇ ਮਤਲਬ ਇਹਦੇ ਗੁਰੂ ਨਾਨਕ ਦੇਵ ਜੀ ਦੀ ਮਿਹਰ ਹੈ ਦੇਖੋ ਜੋ ਗੁਰੂ ਨਾਨਕ ਨੇ ਕਹਿਤਾ ਉਹ ਸੱਚ ਹੈ ਠੀਕ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਕੋਧਰੇ ਦਾ ਜ਼ਿਕਰ ਆਉਂਦਾ ਜੀ ਠੀਕ ਹੈ ਸਾਰਿਆਂ ਨੂੰ ਪਤਾ ਵੀ ਭਾਈ ਲਾਲੋ ਦੇ ਘਰੇ ਗੁਰੂ ਨਾਨਕ ਦੇਵ ਜੀ ਨੇ ਕੋਧਰੇ ਦੀ ਰੋਟੀ ਪਸੰਦ ਕੀਤੀ ਸੀਗੀ ਠੀਕ ਹੈ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਦਰਜ ਹੈ ਗੁਰੂਆਂ ਨੇ ਇਹਦੇ ਤੇ ਮੋਹਰ ਲੱਗੀ ਹੋਈ ਹੈ ਤੁਸੀਂ ਅੱਜ ਵੀ ਦੇਖੋ ਮੈਂ ਤਾਂ ਬਿਮਾਰੀਆਂ ਖੜੀ ਤਾਂ ਤੋੜ ਰਿਹਾ ਹੈ ਜਿਹੜਾ ਬਿਨਾਂ ਰੇਹ ਸਪਰੇ ਤੋਂ ਹੋ ਰਿਹਾ ਅੱਜ ਕੱਲ੍ਹ ਕੋਈ ਬਿਨਾਂ ਰੇਹ ਸਪਰੇ ਤੋਂ ਚੀਜ਼ ਹੁੰਦੀ ਨਹੀਂ ਹੁੰਦੀ ਨਹੀਂ ਮੈਂ ਇੰਨੀ ਗਾਰੰਟੀ ਨਾਲ ਕਿਉਂ ਬੋਲਦਾ ਮੈਂ ਆਪਦੇ ਮਾਰਗੇ ਬਾਹਰ ਗਏ ਨਾ 2-3 ਮਰਲੇ ਬੀਜ ਕੇ ਵੇਖਿਆ ਹੋਇਆ ਆਪਣੇ ਹਜੇ ਛਿਲਕਾ ਲਾਉਣ ਵਾਲੀਆਂ ਮਸ਼ੀਨਾਂ ਹੈ ਨਹੀਂ ਆ ਜਦੋਂ ਮਸ਼ੀਨਾਂ ਆਮ ਹੋ ਗਈਆਂ ਤਾਂ ਸਾਰੇ ਅਸੀਂ ਵੀ ਬੀਜਾਂਗੇ ਤੇ ਭੈਣ ਭਾਗਾਂ ਨੂੰ ਵੀ ਬੇਨਤੀ ਕਰਾਂਗੇ ਮੈਂ ਕਿਉਂ ਬੇਨਤੀ ਕਰਦਾ ਜਦੋਂ ਸਾਡੇ ਢੋਲਾਂ 'ਚ ਕਣਕ ਪਈ ਹੈ ਨਾ ਅਸੀਂ ਐਂ ਨਹੀਂ ਪੁੱਛਦੇ ਵੀ ਕਿੰਨਾ ਚਿਰ ਖਾਣੀ ਹੈ ਤੇ ਕੱਢਦੇ ਹਾਂ ਤੇ ਖਾ ਲੈਂਦੇ ਹਾਂ ਤੇ ਇਹ ਮੇਰਾ ਸਾਡਾ ਮਕਸਦ ਵੀ ਇਹ ਹੈ ਵੀ ਤੁਹਾਡੇ ਢੋਲਾਂ 'ਚ ਪਿਆ ਹੋਵੇ ਢੋਲਾਂ 'ਚ ਪਿਆ ਤੇ ਤੁਹਾਨੂੰ ਡਾਕਟਰ ਕੋਲ ਜਾਣ ਦੀ ਲੋੜ ਨਾ ਪਵੇ ਤੇ ਆਪਣੇ ਜੈਤੋ ਵਿਰਾਸਤ ਮਿਸ਼ਨ ਵਾਲੇ ਜੀ ਉਹਨਾਂ ਨੇ ਮਸ਼ੀਨਾਂ ਲਾਈਆਂ ਵੀ ਹੈਗੀਆਂ ਉਹਨਾਂ ਦਾ ਅਸੀਂ ਕੰਟੈਕਟ ਨੰਬਰ ਵੀ ਦੇ ਦਾਂਗੇ ਜੇ ਕਿਸੇ ਵੀਰ ਨੇ ਲੈਣਾ ਹੋਵੇ ਤਾਂ ਜੇ ਬੀਜਣਾ ਹੋਵੇ ਤਾਂ ਉਹਨਾਂ ਤੋਂ ਬੀਜ ਵੀ ਲੈ ਸਕਦੇ ਹੋ ਤੁਸੀਂ ਠੀਕ ਹੈ ਜੀ ਬੀਜ ਵੀ ਲੈ ਸਕਦੇ ਹੋ ਬਾਕੀ ਜੀ ਜੇ ਗੱਲ ਕਰੀਏ ਹੁਣ ਜਿਵੇਂ ਦੇਖੋ ਕਣਕਾਂ ਨੂੰ ਆਪਾਂ ਆਪ ਨੂੰ ਵੀ ਤਲੇ ਮਲੇ ਗੰਦੇ ਫੂਡ ਖਾਣ ਦੀ ਆਪਾਂ ਆਪ ਨੂੰ ਵੀ ਆਦਤ ਪਾ ਰੱਖੀ ਆ ਉਵੇਂ ਚੁੱਕਰੀ ਆਪਾਂ ਆਪਣੀਆਂ ਫਸਲਾਂ ਨੂੰ ਕਣਕਾਂ ਨੂੰ ਰੇਹਾਂ ਸਪਰੇਹਾਂ ਦੀ ਆਦਤ ਪਾ ਰੱਖੀ ਆ ਤੇ ਦੂਜੀ ਗੱਲ ਜੀ ਹੁਣ ਜਿਵੇਂ ਆਹ ਫੂਡ ਆ ਗਏ ਜੀ ਪੀਜ਼ੇ ਬਰਗਰ ਲੜ ਪੱਲੜ ਆ ਗਿਆ ਉਹ ਇੱਕ ਡੈਡ ਫੂਡ ਹੈ ਇਹ ਐਨਰਜੀ ਵਾਲਾ ਫੂਡ ਹੈ ਜਿਹੜਾ ਧਰਤੀ 'ਚੋਂ ਪੈਦਾ ਹੁੰਦਾ ਉੱਗਦਾ ਇਹਦੇ 'ਚ ਆਪ 'ਚ ਐਨਰਜੀ ਆ ਆਪ ਹੀ ਐਨਰਜੀ ਦਾ ਸੋਰਸ ਆ ਉਹਨਾਂ 'ਚ ਆਪਾਂ ਹੱਥੀ ਜਿਹੜੇ ਬਣਾਏ ਹੋਏ ਜਿਵੇਂ ਹੁਣ ਮੈਦਾ ਮੂਦਾ ਜਿਹੜੇ ਦੂਜੇ ਫੂਡ ਆ ਗਏ ਉਹ ਖਤਰਨਾਕ ਉਹਨਾਂ 'ਚ ਤਾਂ ਇੰਨੀ ਐਨਰਜੀ ਕਿੱਥੋਂ ਮਿਲੀ ਇਹ ਜੈਨੂਅਨ ਐਨਰਜੀ ਵਾਲੀ ਚੀਜ਼ ਆ ਜੀ ਤੇ ਪਰਹੇਜ਼ ਤੁਸੀਂ ਮੈਨੂੰ ਦੱਸ ਹੀ ਦਿੱਤੇ ਜੀ ਵੀ ਚਾਹ ਦਾ ਦੁੱਧ ਦਾ ਅਤੇ ਕਣਕ ਦਾ ਪਰਹੇਜ਼ ਆ ਕਣਕ ਚੌਲ ਦਾ ਪਰਹੇਜ਼ ਆ ਉਦੋਂ ਬਾਅਦ ਖਾਲਸਾ ਜੀ ਆ ਫੱਕੀ ਆ ਇਹ ਕਾਹਦੇ ਲਈ ਹੈ ਜੀ ਇਹਦਾ ਪੇਟ ਸਾਫ਼ ਕਰਨ ਵਾਸਤੇ ਹੈ ਜੀ ਠੀਕ ਹੈ ਆਪਾਂ ਦੱਸ ਵੀ ਸਕਦੇ ਅਗਲਾ ਕਹਿੰਦਾ ਕੁੜੀਆਂ 'ਚ ਪਤਾ ਨਹੀਂ ਕੀ ਪਾਇਆ ਵੀ ਧਨੀਆ ਜੀਰਾ ਸੌਂਫ ਤੇ ਅਜਵਾਇਣ ਬਰੀਕ ਮੇਥੀ ਦਾ ਨਾ ਠੀਕ ਹੈ ਆਪਦੇ ਤਰੀਕੇ ਨਾਲ ਇਹਨੂੰ ਬਣਾਇਆ ਹੋਇਆ ਜੇ ਕਿਸੇ ਵੀਰ ਨੇ ਪੁੱਛਣਾ ਵੀ ਕਿਵੇਂ ਬਣਦੀ ਹੈ ਤਾਂ ਵੀ ਦੱਸ ਦਿਆਂਗੇ ਤਾਂ ਵੀ ਠੀਕ ਹੈ ਜੀ ਉਹ ਵੀ ਦੱਸ ਦਿਓ ਕੋਈ ਗੱਲ ਨਹੀਂ ਜੀ ਤੇ ਉਧਰਲੀ ਸਾਈਡ ਜੀ ਉਹ ਆਟਾ ਜਿਹਾ ਕੀ ਪਿਆ ਇਹ ਆਟੇ ਹੈ ਜੀ ਇਹ ਇਸ ਅਨਾਜ ਦਾ ਆਟਾ ਕੋਧਰੇ ਦਾ ਠੀਕ ਹੈ ਜੀ ਉਹ ਇੱਕ ਰਾਗੀ ਦਾ ਆਟਾ ਹੈ ਜਿਵੇਂ ਕਿਸੇ ਵੀਰ ਨੂੰ ਐ ਹੁੰਦਾ ਵੀ ਯਾਰ ਵੀ ਮੈਂ ਤਾਂ ਰੋਟੀ ਨਹੀਂ ਬਿਨਾਂ ਆਪਾਂ ਨੂੰ ਆਦਤ ਬਣੀ ਵੀ ਸਰਦਾ ਨਹੀਂਗਾ ਹਾਂਜੀ ਤਾਂ ਕਦੇ ਕਦਾਈ ਇਹਨਾਂ ਅਨਾਜਾਂ ਦੀ ਰੋਟੀ ਤੁਸੀਂ ਖਾ ਸਕਦੇ ਹੋ ਖਾ ਸਕਦਾ ਜੀ ਹਾਂਜੀ ਹਾਂਜੀ ਸਹੀ ਗੱਲ ਆ ਵੀ ਜਿਹੜੇ ਭਰਾ ਕੋਈ ਉਹ ਤੁਸੀਂ ਉਹਨੂੰ ਰეკਮੈਂਡ ਕਰਦੇ ਹੋ ਵੈਸੇ ਤਾਂ ਵੀ ਅਨਾਜਾਂ ਨਾਲ ਹੀ ਹਰੇਕ ਬਿਮਾਰੀ ਠੀਕ ਹੁੰਦੀ ਹੈ ਰੋਟੀ ਤਾਂ ਜੇ ਆਦਤ ਹੀ ਹੈ ਵੀ ਕਦੇ ਕਦਾਈ ਤਾਂ ਥੋੜੇ ਆਟੇ ਦੀ ਰੱਖ ਲੈਣੀ ਹੈਗੀ ਠੀਕ ਹੈ ਜੀ ਬਾਕੀ ਤੁਸੀਂ ਕਣਕ ਦੇ ਆਟੇ ਦਾ ਤਾਂ ਪਰਹੇਜ਼ ਹੀ ਕਰਾਤਾ ਜੀ ਹਨਾ ਤੇ ਮੱਕੀ 'ਚ ਕਿਸੇ ਹੋਰ ਬਾਜਰੇ ਦੇ ਆਟੇ 'ਚ ਮਿਕਸ ਕਰਕੇ ਖਾ ਸਕਦੇ ਨੇ ਖਾ ਸਕਦੇ ਮਿਕਸ ਕਰਕੇ ਵੀ ਖਾ ਸਕਦੇ ਨੇ ਤੇ ਇਹਦਾ ਆਪਣੇ ਕੋਲੇ ਸਟਾਕ ਹਰ ਵੇਲੇ ਅਵੇਲੇਬਲ ਰਹਿੰਦਾ ਜੀ ਹਾਂਜੀ ਹਾਂਜੀ ਜਿਹੜੇ ਵੀ ਕਿਸੇ
ਮੰਨ ਕੇ ਚਲੋ ਆਨਲਾਈਨ ਮੰਗਾਉਣਾ ਚਾਹੁੰਦਾ ਤਾਂ ਉਹਨਾਂ ਵਾਸਤੇ ਮਸਲਾ ਹੱਲ? ਹਾਂ ਹਾਂ ਆਨਲਾਈਨ ਵੀ ਭੇਜ ਦਿੰਦੇ ਹਾਂ ਜੀ, ਉਹਦਾ ਥੋੜ੍ਹਾ ਜਿਹਾ ਐਕਸਟਰਾ ਖਰਚਾ 500 ਰੁਪਏ ਵੱਧ ਲੱਗਦਾ ਹੈਗਾ, ਕੋਰੀਅਰ ਦਾ ਖਰਚਾ ਪੈ ਜਾਂਦਾ, ਕੋਰੀਅਰ ਦਾ ਖਰਚਾ ਪੈ ਜਾਂਦਾ ਜੀ। ਅਤੇ ਇਹਦੇ 'ਚ ਇੱਕ ਪੈਕਟ 'ਚ ਵੇਟ ਕਿੰਨਾ ਜੀ? ਇੱਕ ਕਿਲੋ, ਇੱਕ ਕਿਲੋ ਇੱਕ ਪੈਕਟ 'ਚ, ਜਾਣੀ ਕਿ 5 ਕਿਲੋ ਅਨਾਜ ਹੋ ਗਏ ਅਤੇ ਦੋਵਾਂ ਫੱਕੀ ਦੀਆਂ ਪੁਣਗਾਂ। ਹਾਂਜੀ ਹਾਂਜੀ, ਠੀਕ ਹੈ ਜੀ। ਅਤੇ ਇਹਦਾ ਪ੍ਰਾਈਜ਼ ਕੀ ਹੈ ਜੀ, ਕੀ ਰੇਟ ਹੈ? ਇਹ ਪੂਰਾ ਸੈੱਟ 1,050 ਰੁਪਏ ਦਾ ਜੀ, ਫੱਕੀ ਤੋਂ ਬਿਨਾਂ 850 ਦਾ ਜੀ। ਫੱਕੀ ਤੋਂ ਬਿਨਾਂ 850 ਦਾ, 200 ਦੀ ਫੱਕੀ, 1,050 ਰੁਪਏ ਦਾ ਅੱਜ ਦਾ ਰੇਟ ਹੈ ਜੀ। ਰੇਟ ਵੱਧਦੇ ਘੱਟਦੇ ਰਹਿੰਦੇ, ਜੇ ਕੋਈ 10-20 ਰੁਪਏ ਵੱਧ ਘੱਟ ਗਿਆ ਤਾਂ ਘਟਾ ਦਿੰਦੇ ਹਾਂ ਅਸੀਂ, ਜੇ 10-20 ਰੁਪਏ ਵੱਧ ਗਿਆ ਤਾਂ ਵਧਾ ਦਿੰਦੇ। ਉਹ ਬੜਾ ਵਟਾ ਨਹੀਂ ਪੈਂਦਾ ਜੀ, ਹਾਂਜੀ, ਉਹਦੇ ਨਾਲ ਕੋਈ ਉਹ ਨਹੀਂ ਪੈਂਦਾ, ਠੀਕ ਹੈ ਜੀ। ਹਾਂ, ਬਾਕੀ ਅਸੀਂ ਕੋਈ ਵੀ ਵੀਰ ਸਾਥੋਂ ਕੋਈ ਸਲਾਹ ਲੈਣੀ ਚਾਹੁੰਦਾ ਅਸੀਂ ਉਹਨੂੰ ਫੋਨ 'ਤੇ ਦੇ ਦਿੰਦੇ ਹਾਂ, ਖਾਸ ਕਰਕੇ ਫੋਰਨ ਕੰਟਰੀ ਵਾਲਿਆਂ ਦੇ ਸਾਨੂੰ ਫੋਨ ਆਉਂਦੇ ਹੈ, ਅਤੇ ਮੈਂ ਉਹਨਾਂ ਵੀਰਾਂ ਨੂੰ ਵੀ ਦੱਸਣਾ ਚਾਹੁੰਦਾ ਵੀ ਉੱਥੇ ਅਨਾਜ ਭੇਜਣਾ ਨਹੀਂ ਭੇਜਿਆ ਨਹੀਂ ਜਾ ਸਕਦਾ ਗਾ ਫੋਰਨ ਦੇ ਵਿੱਚ, ਜਾਂ ਉੱਥੋਂ ਮਿਲਦਾ ਨਹੀਂ ਗਾ ਇਹ, ਤਾਂ ਉਹ ਸਾਥੋਂ ਊਂ ਵੀ ਪੁੱਛ ਸਕਦੇ ਅਸੀਂ ਉਹਨਾਂ ਨੂੰ ਜਿੰਨੀ ਕੁ ਨੌਲੇਜ ਹੈ, ਊਂ ਵੀ ਘਟਾਉਣ ਦੀ ਕੋਸ਼ਿਸ਼ ਕਰਦੇ ਹਾਂ ਵੀ ਉਹਨਾਂ ਦਾ ਘਟੇ ਕਿਸੇ ਨਾ ਕਿਸੇ ਲੋਟ, ਨਾ ਘਟੇ ਤਾਂ ਵਧੇ ਨਾ, ਉਹਨਾਂ ਨੂੰ ਖੁਰਾਕ ਸਹੀ ਤਰੀਕੇ ਨਾਲ ਖਵਾਉਣੀ ਆ ਜੀ। ਕਿਉਂਕਿ ਜੇ ਦੇਖ ਗਏ ਜੀ, ਇੱਕ ਐਗਜ਼ਾਮਪਲ ਤਾਂ ਤੁਸੀਂ ਮੇਰੇ ਕੋਲੇ ਖੜੇ ਹੋ, ਹਾਂਜੀ ਹਾਂਜੀ, ਮੇਰੇ ਦੋਸਤ ਦੇ ਦੋਸਤੋ ਖਾਲਸਾ ਜੀ ਮਾਮਾ ਜੀ ਲੱਗਦੇ ਨੇ, ਅਤੇ ਪਹਿਲਾਂ ਇਹਨਾਂ ਦਾ ਵੇਟ ਬਹੁਤ ਜ਼ਿਆਦਾ ਸੀ, ਭਾਰੀ ਸੀਗਾ, ਇੱਕ ਤਰ੍ਹਾਂ ਦਾ ਸਰੀਰ ਕਾਫੀ ਮੋਟਾ ਸੀ। ਤੁਹਾਡਾ ਵਜਨ ਕਿੰਨਾ ਘਟਿਆ ਜੀ? ਮੇਰਾ 21 ਕਿਲੋ ਵਜਨ ਘਟਿਆ ਜੀ 70 ਦਿਨਾਂ ਦੇ ਵਿੱਚ। 70 ਦਿਨਾਂ 'ਚ 21 ਕਿਲੋ ਵਜਨ ਘਟਿਆ? ਅਤੇ ਮੇਰੇ ਦੋਸਤ ਹੈ ਰਾਮ ਸਿੰਘ, ਉਹਨਾਂ ਦਾ ਵੀ 21 ਕਿਲੋ ਵਜਨ ਘਟਿਆ 70 ਦਿਨਾਂ ਦੇ ਵਿੱਚ, ਠੀਕ ਹੈ ਜੀ। ਬਾਕੀ ਆਹ ਇੱਕ ਕਾਪੀ ਹੈਗੀ, ਹਾਂਜੀ, ਸਾਨੂੰ 2-2.5 ਸਾਲ ਹੋ ਗਏ ਜੀ ਇਹ ਕੰਮ ਕਰਦੇ ਨੂੰ, ਅਤੇ ਇਹਦੇ ਦੇਖੋ ਰਜਿਸਟਰ ਤੋਂ ਤੁਸੀਂ ਕਿਹੜਾ ਮਰਜ਼ੀ ਨੰਬਰ ਕੱਢ ਕੇ ਲਾ ਲਓ ਜੇ ਕੋਈ ਕਸਟਮਰ। ਜਾਣੀ ਕਿ ਭਰੀ ਦੇਖੋ ਦੋਸਤੋ, ਕਾਪੀ ਵੀ ਨਾ ਖਾਲਸਾ ਜੀ ਨੇ ਭਰ ਰੱਖੀ ਆ, ਅਤੇ ਸਭ ਦੇ ਕੰਟੈਕਟ ਨੰਬਰ ਪਏ ਆ, ਉਹ ਵੀ ਭਰਾ ਤੁਸੀਂ ਆ ਲਓ ਸਕਰੀਨਸ਼ਾਟ ਮਾਰ ਕੇ, ਅਤੇ ਰਿਜ਼ਲਟ ਤੁਸੀਂ ਕਾਪੀ ਦੇ ਨੰਬਰ ਲਾ ਕੇ ਪੁੱਛ ਸਕਦੇ ਹੋ ਵੀ ਦੱਸੋ ਕਿਵੇਂ ਜਾਂ ਰਿਜ਼ਲਟ ਰਿਹਾ। ਆ ਤੁਹਾਡੇ ਮੂਹਰੇ ਕਰਤੀ ਖਾਲਸਾ ਜੀ, ਕਹਿੰਦੇ ਜਿਹਨੂੰ ਮਰਜ਼ੀ ਨੰਬਰ ਲਾਓ ਅਤੇ ਪੁੱਛੋ, ਤੁਹਾਨੂੰ ਪਤਾ ਲੱਗ ਜੂਗਾ ਵੀ ਕਿਵੇਂ ਫਰਕ ਪੈਂਦਾ ਕਿ ਨਹੀਂ ਬੰਦਾ ਦੁਬਈ ਨਾਲ। ਇੰਨੀ ਗਰੰਟੀ ਤਾਂ ਜੀ ਮੈਨੂੰ ਲੱਗਦਾ ਕੋਈ ਨਹੀਂ ਦਿੰਦਾ। ਹਾਂਜੀ, ਬਸ ਅਸੀਂ ਅਨਾਜ ਦੀ ਗਰੰਟੀ ਵੀ ਇੰਨੀ ਦਿੰਦੇ ਵੀ ਜੇ ਕਿਸੇ ਨੂੰ ਵੀਰ ਨੂੰ ਸ਼ੂਗਰ ਹੈ, ਜੇ ਉਹਨੇ ਅਨਾਜ ਜਾ ਕੇ ਖਾ ਲਿਆ, ਇੱਕ ਮਹੀਨਾ ਖਾ ਲਏ, ਜੇ ਉਹਦਾ ਸ਼ੂਗਰ ਨਾ ਹਟਿਆ, ਆ ਕੇ ਉਹ ਕਹਿੰਦੇ ਵੀ ਵੀਰੇ ਮੇਰਾ ਸ਼ੂਗਰ ਨਹੀਂ ਹਟਿਆ, ਅਸੀਂ ਉਹਦੇ ਨਾਲ ਦੂਜੀ ਗੱਲ ਨਹੀਂ ਕਰਦੇ, ਉਹਨੂੰ 1,050 ਰੁਪਏ ਵਾਪਸ ਦੇ ਦਿਆਂਗੇ ਜੀ। ਠੀਕ ਹੈ ਜੀ, ਜਿੰਨੇ ਉਹਨੇ ਜਿੰਨੇ ਉਹ ਤੋਂ ਪੈਸੇ ਲੈਤੇ ਹੋਏ ਉਹਨੇ ਨੂੰ ਵਾਪਸ ਕਰਦੇ। ਅਨਾਜ ਤਾਂ ਜਿਹੜਾ ਖਾ ਲਿਆ ਵੀ ਇੰਨੀ ਹੈ, ਸਾਨੂੰ ਬਸ ਇਹੀ ਹੈ ਵੀ ਲੋਕਾਂ ਨੂੰ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਆਪਦੀ ਸਿਹਤ ਬੰਨੀ ਧਿਆਨ ਰੱਖੋ ਅਤੇ ਡਾਕਟਰਾਂ ਤੋਂ ਬਚੋ, ਠੀਕ ਹੈ ਜੀ। ਅਤੇ ਸਾਡਾ ਨਾਰਾ ਦਵਾਈਆਂ ਦਾ ਪਾਓ ਭੋਗ ਅਤੇ ਮਟਾਓ ਸਾਰੇ ਰੋਗ, ਵੀ ਦਵਾਈਆਂ ਦਾ ਕੋਈ ਨਹੀਂ ਖਾਣੀ, ਅਤੇ ਵੀ ਆਪਾਂ ਰੋਗ ਵੀ ਕੋਈ ਨਹੀਂ ਰਹਿਣ ਦੇਣਾ, ਰੋਗ ਵੀ ਕੋਈ ਨਹੀਂ ਰਹਿਣ। ਹਾਂਜੀ ਹਾਂਜੀ ਖਾਲਸਾ ਜੀ, ਜਿਵੇਂ ਤੁਸੀਂ ਕਿਹਾ ਵੀ ਭਾਰ ਘਟਾਉਣ ਦਾ, ਤਾਂ ਇਹਦੇ ਆਪਣੇ ਕੋਲ ਹੱਲ ਹੈਗਾ ਕੋਈ ਮੇਰੇ ਵਰਗਾ ਸਿਲਥੂ ਜਿਹਾ ਬੰਦਾ ਉਹਦਾ ਵਧਾਉਣ ਦਾ ਵੀ ਹੈਗਾ? ਹਾਂਜੀ, ਇਹਨਾਂ ਅਨਾਜਾਂ ਨਾਲ ਹੀ ਭਾਰ ਘੱਟ ਵੀ ਜਾਂਦਾ, ਇਹ ਨਹੀਂ ਵੀ ਜ਼ਰੂਰੀ ਵੀ ਇਹਨਾਂ ਨਾਲ ਭਾਰ ਘੱਟ ਹੀ ਜਾਊਗਾ ਜੀ। ਜਿਵੇਂ ਬੋਡੀ ਵੇਟ ਮੁਤਾਬਕ ਨਾ, ਜਿਹਦਾ 6 ਫੁੱਟ ਕੱਦ ਹੈ ਤਾਂ ਉਹਦਾ 72 ਕਿਲੋ ਭਾਰ ਚਾਹੀਦਾ, ਠੀਕ ਹੈ ਜੀ। ਜੇ 72 ਤੋਂ ਘੱਟ ਹੈ ਤਾਂ ਵਧਣ ਲੱਗ ਜੂਗਾ ਜੀ, ਜੇ ਵੱਧ ਹੈ ਤਾਂ ਘਟਣ ਲੱਗ ਜੂਗਾ। ਉਸ ਬੰਦਾ ਆ ਕੇ ਦੱਸਦਾ ਵੀ ਮੇਰੇ 'ਚ ਇੰਨਾ ਭਾਰ ਹੈ ਜਾਂ ਸਾਡੇ ਕੋਲ ਇੱਥੇ ਕੰਡਾ ਹੈਗਾ, ਅਸੀਂ ਚੈੱਕ ਕਰਦੇ ਹਾਂ, ਫਿਰ ਅਸੀਂ ਉਸ ਤਰੀਕੇ ਨੇ ਇਹਨਾਂ ਅਨਾਜਾਂ ਨੂੰ ਖਵਾ ਦਿੰਦੇ ਹਾਂ ਤਾਂ ਉਹਦਾ ਭਾਰ ਵਧਣ ਲੱਗ ਜਾਂਦਾ ਜੀ, ਠੀਕ ਹੈ ਜੀ। ਹਾਂ ਵੀ ਉਹ ਅਸੀਂ ਸਾਰਾ ਕੁਝ ਦੱਸ ਦਿੰਦੇ ਹਾਂ ਆਏ ਨੂੰ ਬੰਦੇ ਨੂੰ, ਮਤਲਬ ਇਹ ਤਾਂ ਇੱਕ ਸਜੀਵਣੀ ਬੂਟੀ ਹੈ ਜੀ, ਸਾਰੇ ਪਾਸੇ ਕੰਮ ਕਰਦੇ ਹਰੇਕ ਨੂੰ। ਜਿਵੇਂ ਅਸੀਂ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਇਸ ਲਾਈਨ ਦੇ ਵਿੱਚ ਕਿਉਂ ਆਏ, ਸਾਡੇ ਮੇਰਾ ਦੋਸਤ ਹੈ ਰਾਮ ਸਿੰਘ ਖਾਲਸਾ, ਉਹਨਾਂ ਦੀ ਬੇਟੀ ਨੂੰ ਸ਼ੂਗਰ ਸੀਗਾ ਜੀ, ਠੀਕ ਹੈ ਜੀ, ਤੇ ਉਹਦੇ ਨਾਲ 32 ਯੂਨਿਟ ਇਨਸੂਲਿਨ ਲੱਗਦੀ ਸੀਗੀ, 32 ਯੂਨਿਟ ਇੱਕ ਦਿਨ ਦੀ। ਅਸੀਂ ਸਾਨੂੰ ਵੀ ਚਿੰਤਾ ਸੀਗੀ ਤਾਂ ਉਹਨਾਂ ਨੇ ਇੱਕ ਡਾਕਟਰ ਅਮਰ ਸਿੰਘ ਯਾਦ ਨੂੰ ਸੁਣਿਆ, ਅਸੀਂ ਸੁਲਤਾਨਪੁਰ ਲੋਧੀ ਇਹਨਾਂ ਦਾ ਕੈਂਪ ਸੀਗਾ ਜੀ, ਕੈਂਪ ਅਟੈਂਡ ਕੀਤਾ, ਉੱਥੋਂ ਸਾਨੂੰ ਬਹੁਤ ਕੁਛ ਸਿੱਖਣ ਨੂੰ, ਮੈਂ ਤਾਂ ਉਹਨਾਂ ਦੀ ਬਦੌਲਤੀ ਅੱਜ ਅਸੀਂ ਇੱਥੇ ਬੈਠੇ ਹਾਂ, ਠੀਕ ਹੈ ਜੀ। ਤੇ ਵੀ ਅਸੀਂ ਜਦੋਂ ਉੱਥੇ ਦੇਖਿਆ ਵੀ ਯਾਰ ਠੀਕ ਹੈ, ਇਹਨਾਂ ਅਨਾਜਾਂ ਦੇ ਵਿੱਚ ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ, ਅਸੀਂ ਆਪਦੇ 'ਤੇ ਲਾਗੂ ਕਰਤਾ ਜੀ, ਸਾਡਾ ਦੋਨਾਂ ਭਰਾਵਾਂ ਦਾ 70 ਦਿਨਾਂ 'ਚ 1-1 ਕਿਲੋ ਭਾਰ ਘੱਟ ਗਿਆ ਜੀ। ਅਸੀਂ ਬੇਟੀ ਨੂੰ ਛੂ ਦੇਣਾ ਸ਼ੁਰੂ ਕੀਤਾ, ਉਹਦੇ 32 ਯੂਨਿਟ ਦੀ ਥਾਂ ਸਿਰਫ 7-8 ਯੂਨਿਟ ਇਨਸੂਲਿਨ ਰਹਿ ਗਈ ਸੀਗੀ, ਠੀਕ ਹੈ ਜੀ, ਜਿਹੜੀ ਹਾਂ ਵੀ ਅਤੇ ਉਹ ਵਧਣ ਫੁੱਲਣ ਵੀ ਲੱਗ ਗਈ ਜੀ। ਅਤੇ ਹੁਣ ਸਾਨੂੰ ਅਸੀਂ ਡਾਕਟਰ ਅਮਰ ਸਿੰਘ ਆਜ਼ਾਦ ਨੂੰ ਵੀ ਮਿਲੇ ਹਾਂ, ਅਤੇ ਡਾਕਟਰ ਖਾਦਰ ਵਾਲੀ ਨੂੰ ਕਰਨਾਟਕਾ 'ਚ ਮੇਰੇ ਦੋਸਤ ਉੱਥੇ ਵੀ ਗਏ ਸੀਗੇ ਬੇਟੀ ਨੂੰ ਲੈ ਕੇ, ਤਾਂ ਸਾਨੂੰ ਵੀ ਬੜੀ ਖੁਸ਼ੀ ਦੀ ਗੱਲ ਹੈ, ਅਤੇ ਅਸੀਂ ਲੋਕਾਂ ਨੂੰ ਵੀ ਤਾਂ ਹੀ ਆਨੇ ਵੀ ਇਸ ਰਾਹ ਦੇ ਵਿੱਤੇ ਅੱਗੇ ਆਪਾਂ ਡਾਕਟਰਾਂ ਤੋਂ ਖੜਾ ਚੜਾ। ਮਤਲਬ ਜੀ ਇਹ ਤੁਸੀਂ ਕੋਈ ਇੱਧਰ ਬਿਜ਼ਨਸ ਦਾ ਧੰਦੇ ਦਾ ਪੈਸੇ ਕਮਾਉਣ ਮਾਰੇ ਨਹੀਂ ਇੱਧਰ ਆਏ, ਇੱਧਰ ਤਾਂ ਆਟੋਮੈਟਿਕਲੀ ਜਦੋਂ ਤੁਸੀਂ ਠੀਕ ਹੋਏ ਤੁਸੀਂ ਥੋੜ੍ਹਾ ਥੋੜ੍ਹਾ ਲਿਆ ਕੇ ਦੇਣ ਲੱਗ ਗਏ ਆਸੇ ਪਾਸੇ। ਸਾਡਾ ਹੁਣ ਵੀ ਇਹੀ ਮਕਸਦ ਹੈ ਜੀ, ਤਾਂ ਮੈਂ ਡਾਕਟਰਾਂ ਦੇ ਨਾਂ ਬੋਲੇ ਨੇ ਵਾਰੀ ਵਾਰੀ, ਫਿਰ ਬੋਲ ਦਿੰਦਾ ਡਾਕਟਰ ਅਮਰ ਸਿੰਘ ਆਜ਼ਾਦ, ਡਾਕਟਰ ਖਾਦਰ ਵਾਲੀ ਅਤੇ ਡਾਕਟਰ ਵਿਸ਼ਵ ਰੂਪ ਰਾਏ ਚੌਧਰੀ, ਇਹਨਾਂ ਦਾ ਵੀ ਇਹੀ ਮਕਸਦ ਹੈ ਵੀ ਆਪਾਂ ਡਾਕਟਰਾਂ ਤੋਂ ਲੋਕਾਂ ਦਾ ਖਹਿੜਾ ਚੜਾ ਕੇ, ਜਿਹੜੀ ਲੁੱਟ ਹੋ ਰਹੀ ਹੈ ਆਪਣੇ ਨਾਲ, ਹੈ ਨਾ, ਵੀ ਉਹ ਲੁੱਟ ਤੋਂ ਆਪਾਂ ਬਚ ਗਏ। ਹਰੇਕ ਬਿਮਾਰੀ ਦਾ ਇਲਾਜ ਤੁਹਾਡੀ ਰਸੋਈ ਦੇ ਵਿੱਚ, ਇਹਨਾਂ ਡਾਕਟਰਾਂ ਨੂੰ ਸੁਣੋ ਵੀਰ ਜੀ, ਸਾਡੇ ਨਾਲ ਸੰਪਰਕ ਕਰ ਲਓ, ਜਿੰਨੇ ਕੁ ਜੋਗਰੇ ਅਸੀਂ ਉਨੀ ਕੁ ਸੇਵਾ ਅਸੀਂ ਵੀ ਕਰਾਂਗੇ। ਹਾਂਜੀ।
ਅਤੇ ਰੇਟ ਵੀ ਬਿਲਕੁਲ ਜਾਇਜ਼ ਜਾਇਜ਼ ਲੈ ਰਹੇ ਆ 1050 ਸਾਰੀ ਮਤਲਬ ਕਿੱਟ ਆ ਗਈ ਪੰਜ ਅਨਾਜ ਆ ਗਏ 1050 'ਚ ਇਹ ਡੇਢ ਮਹੀਨਾ ਚੱਲ ਜਾਂਦਾ ਜੀ ਬੰਦੇ ਨੂੰ ਠੀਕ ਹੈ ਜੀ ਹਾਂਜੀ ਕਈ ਤਾਂ 2 ਮਹੀਨੇ ਵੀ ਜਿਵੇਂ ਕੋਈ 2 ਰੋਟੀਆਂ ਖਾਂਦਾ ਕੋਈ 4 ਹਾਂਜੀ ਤਾਂ ਜੇ ਮੰਨ ਕੇ ਚੱਲੋ ਵੀ 50 ਕੁ ਗ੍ਰਾਮ ਖਰਾਬ ਖਾਵੇ ਤਾਂ 100 ਦਿਨ ਹੋ ਜਾਂਦਾ ਜੀ ਹਾਂਜੀ ਹਾਂਜੀ ਜੇ ਮੰਨ ਕੇ 100 ਗ੍ਰਾਮ ਖਾਧੇ ਤਾਂ 50 ਦਿਨਾਂ ਦੇ ਹੋ ਗਏ ਹਾਂਜੀ ਜੇ 50 ਗ੍ਰਾਮ ਖਾਧਾ ਜਾਵੇ ਤਾਂ 100 ਦਿਨ ਹੋ ਗਏ 100 ਦਿਨ ਹੋ ਗਏ ਅਤੇ ਡਾਕਟਰਾਂ ਨੂੰ ਸੁਣੋ ਡਾਕਟਰ ਵਿਸ਼ਵ ਰੂਪ ਰਾਏ ਚੌਧਰੀ ਹਾਂਜੀ ਡਾਕਟਰ ਅਮਰ ਸਿੰਘ ਆਜ਼ਾਦ ਡਾਕਟਰ ਖਾਦਰ ਵਾਲੀ ਠੀਕ ਹੈ ਜੀ ਹਾਂ ਇਹਨਾਂ ਡਾਕਟਰਾਂ ਨੂੰ ਤੁਸੀਂ ਆਪਦਾ ਯੂਟਿਊਬ 'ਤੇ ਸਰਚ ਮਾਰ ਕੇ ਇਹਨਾਂ ਨੂੰ ਸੁਣੋ ਇਹੀ ਦੱਸਦੇ ਤੁਹਾਡੀ ਸਰੂਰ ਸੋਈ ਦੇ ਵਿੱਚ ਹਰੇਕ ਬਿਮਾਰੀ ਦਾ ਇਲਾਜ ਹੈਗਾ ਜੀ ਸਹੀ ਗੱਲ ਹੈ ਹਾਂਜੀ ਬਸ ਤੁਸੀਂ ਆਪਦੀ ਡਾਇਟ ਬਦਲੋ ਡਾਇਟ ਬਦਲੋ ਅਤੇ ਡਾਇਟ ਵੀ ਤੁਸੀਂ ਆਪਣੇ ਆਪ ਸਾਰਾ ਬੰਦੇ ਨੂੰ ਡਾਇਟ ਪਲਾਨ ਬਣਾ ਕੇ ਦਿੰਦੇ ਹੋ ਕਿਹੜੇ ਟਾਈਮ ਇਹ ਖਾਣਾ ਕਿਹੜੇ ਟਾਈਮ ਫਰੂਟ ਖਾਣੇ ਆ ਕਿਵੇਂ ਖਾਣਾ ਸਾਰਾ ਡਾਇਟ ਪਲਾਨ ਬਣਾ ਕੇ ਦਿੰਦੇ ਠੀਕ ਹੈ ਜੀ ਅਤੇ ਕੋਈ ਭਰਾ ਲੈਣਾ ਚਾਹੇ ਤਾਂ ਦੋਸਤੋ ਖਾਲਸਾ ਜੀ ਨੂੰ ਸੰਪਰਕ ਕਰ ਸਕਦਾ ਨੰਬਰ ਤੁਹਾਨੂੰ ਮੈਂ ਡਿਸਪਲੇ 'ਤੇ ਦੇ ਤੇ ਪੇਮੈਂਟ ਵਾਲੇ ਵੀ ਦਿੱਤੇ ਇੱਕ ਵਾਰੀ ਬੋਲ ਵੀ ਦਿਓ ਜੀ ਨੰਬਰ ਹਾਂਜੀ ਨੰਬਰ ਮੇਰਾ ਨੰਬਰ ਹੈ ਨਾਮ ਗੁਰਚਰਨ ਸਿੰਘ ਖਾਲਸਾ 94173-16409 89-709-79-148 ਠੀਕ ਹੈ ਜੀ ਹਾਂਜੀ ਦੂਸਰੇ ਮੇਰੇ ਪਾਰਟਨਰ ਵੀਰ ਰਾਮ ਸਿੰਘ ਖਾਲਸਾ 84-649-23-105 ਠੀਕ ਹੈ ਜੀ ਇੱਕ ਨੰਬਰ ਹੋਰ ਹੈ 84-271-62-143 ਠੀਕ ਹੈ ਖਾਲਸਾ ਜੀ ਅਤੇ ਪੇਮੈਂਟ ਵਾਲਾ ਨੰਬਰ ਕਿਹੜਾ ਜੀ ਪੇਮੈਂਟ ਵਾਲਾ ਨੰਬਰ ਹੈ ਜੀ 93-173-16409 ਠੀਕ ਹੈ ਜਿਹਦੇ 'ਤੇ ਬੰਦਾ ਆਪਦਾ ਐਡਰੈਸ ਘੱਲ ਦੇ ਅਤੇ ਅਸੀਂ ਉਹਨੂੰ ਸਕੈਨਰ ਪਾ ਦਿੰਦੇ ਇਹਦੇ 'ਤੇ ਸਕੈਨ ਕਰਕੇ ਉਹ ਪੇਮੈਂਟ ਪਾ ਸਕਦਾ ਜੀ ਠੀਕ ਹੈ ਜੀ ਅਤੇ 5-7 ਦਿਨਾਂ ਦੇ ਅੰਦਰ ਕੋਰੀਅਰ ਪਹੁੰਚ ਜੂਗਾ ਹਾਂ ਜੀ ਅਨਾਜ ਅਗਲੇ ਕੋਲ ਪਹੁੰਚ ਜਾਂਦਾ ਹੈਗਾ ਅਤੇ ਡਿਲੀਵਰੀ ਕਿਤੇ ਵੀ ਇੰਡੀਆ 'ਚ ਜੀ ਆਪਣੇ ਪੰਜਾਬ 'ਚ ਕਿਤੇ ਵੀ ਕੋਈ ਭਰਾ ਮੰਗਵਾਉਣਾ ਚਾਹੁੰਦਾ ਚਾਹੁੰਦਾ ਤਾਂ ਉੱਥੇ ਭੇਜ ਉਹ ਉੱਥੇ ਭੇਜ ਦੂੰਗੀ ਜੀ ਬਾਕੀ ਸਾਡਾ ਪਿੰਡ ਮੱਲਵਾਲਾ ਜ਼ਿਲ੍ਹਾ ਬਠਿੰਡਾ ਡਾਕਖਾਨਾ ਕੋਟਬਾਕਸੂ ਤਹਿਸੀਲ ਤਲਵੰਡੀ ਸਾਬੋ ਅਤੇ ਥਾਣਾ ਸੰਗਤ ਹੈ ਜੀ ਸੰਗਤ ਗੈਂਚੀਆਂ ਦੇ ਨੇੜੇ ਰਹਿ ਜਾਂਦੇ ਤਾਂ ਤਲਵੰਡੀ ਸਾਬੋ ਦੇ ਨੇੜੇ ਹਾਂਜੀ ਅਤੇ ਦੋਸਤੋ ਗੱਲ ਕਰਕੇ ਥੋੜ੍ਹੀ ਮੱਲ ਵਾਲੇ ਪਿੰਡ ਦੀ ਲੋਕੇਸ਼ਨ ਤੁਹਾਨੂੰ ਮੈਂ ਵੀ ਦੱਸ ਦਿੰਦਾ ਜਿਹੜੀ ਬਠਿੰਡਾ ਤੋਂ ਡੱਬ ਵਾਲੀ ਰੋਡ ਆਉਂਦੀ ਆ ਉਹ ਤੋਂ ਥੋੜ੍ਹਾ ਜਿਹਾ ਥੱਲੇ ਉੱਤਰ ਮਾ ਅਤੇ ਬਸ ਮੈਨੂੰ ਆਪਣੇ ਵੱਡੀ ਰੋਡ ਤੋਂ ਜੀ 5-7 ਕਿਲੋਮੀਟਰ ਹਾਂਜੀ ਹਾਂਜੀ ਉੱਧਰੋਂ ਡੱਬ ਵਾਲੀ ਮੈਨੂੰ ਆਉਣਾ ਤਾਂ ਮਛਾਣੇ ਤੋਂ ਸਾਡੇ ਪਿੰਡ ਨੂੰ ਰਸਤਾ ਆਉਂਦਾ ਜੀ ਹਾਂਜੀ ਅਤੇ ਬਠਿੰਡੇ ਮੈਨੂੰ ਆਉਣਾ ਤਾਂ ਕੈਂਚਨਾ ਤੋਂ ਦੁਨੇ ਵਾਲਾ ਅਤੇ ਮੱਲਵਾਲਾ ਜੀ ਠੀਕ ਹੈ ਜੀ ਦੁਨੇ ਵਾਲਾ ਅਤੇ ਮੱਲਵਾਲਾ ਹਾਂਜੀ ਅਤੇ ਫਿਰਨੀ ਦੇ ਉੱਪਰ ਹੀ ਖਾਲਸਾ ਜੀ ਦੀ ਦੁਕਾਨ ਆ ਜੇਕਰ ਕਿਸੇ ਵੀ ਭਰਾ ਨੂੰ ਮੋਟਾਪੇ ਦੀ ਜਾਂ ਭੈਣ ਨੂੰ ਕਿਸੇ ਨੂੰ ਸ਼ੂਗਰ ਦੀ ਮੋਟਾਪੇ ਦੀ ਦਿੱਕਤ ਆ ਕਿਉਂਕਿ ਇਹ ਬਿਮਾਰੀਆਂ ਨੇ ਸਾਨੂੰ ਬਹੁਤ ਸਾਰਾ ਮਤਲਬ ਨਿਚੋੜੇ ਰੱਖਿਆ ਇਹਨਾਂ ਨੇ ਜੂਝ ਰਹੇ ਆ ਬਹੁਤ ਭਰਾ ਮੋਟਾਪੇ ਨਾਲ ਅਤੇ ਉਹਨਾਂ ਦਾ ਮਸਲਾ ਹੱਲ ਖਾਲਸਾ ਜੀ ਕੋਲ ਹੈਗਾ ਇੱਕ ਵਾਰੀ ਲੈ ਕੇ ਜ਼ਰੂਰ ਦੇਖੋ ਰਿਜ਼ਲਟ ਬਹੁਤ ਵਧੀਆ ਮਿਲ ਰਹੇ ਨੇ ਬਹੁਤ ਭਰਾਵਾਂ ਨੇ ਮੋਟਾਪੇ ਤੋਂ ਸ਼ੂਗਰ ਤੋਂ ਛੁਟਕਾਰਾ ਪਾ ਲਿਆ ਅਤੇ ਖਾਲਸਾ ਨਾਲ ਖਾਲਸਾ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕੋਈ ਵੀ ਭਰਾ ਜੇਕਰ ਇਹ ਅਨਾਜ ਲੈਣਾ ਚਾਹੁੰਦਾ ਬਾਕੀ ਬੇਲੀਓ ਵੀਡੀਓ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਆਪਣੇ ਭੈਣ ਭਰਾਵਾਂ 'ਚ ਜੇ ਕਿਸੇ ਦੇ ਕੋਈ ਮਰੀਜ਼ ਹੈਗਾ ਸ਼ੂਗਰ ਵਾਲਾ ਮੋਟਾਪੇ ਵਾਲਾ ਤਾਂ ਉਹਨਾਂ ਨੂੰ ਜ਼ਰੂਰ ਰੈਕਮੈਂਡ ਕਰਿਓ ਅਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੇਅਰ ਜ਼ਰੂਰ ਕਰ ਦਿਓ ਖਾਲਸਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਤੁਸੀਂ ਉਪਰਾਲਾ ਕਰ ਰਹੇ ਹੋ ਜੀ